ਅਸੀਂ ਪਹੁੰਚੇ ਅੱਜ ਭਵਾਨੀਗੜ੍ਹ ਦੇ ਪਿੰਡ ਫੱਗੂਵਾਲਾ ਵਿਖੇ ਜਿੱਥੇ ਇੱਕ ਕਿਸਾਨ ਨੌਜਵਾਨ ਵੀ ਆ ਜੋ ਕਿ ਰਵਾਇਤੀ ਫਸਲਾਂ ਨੂੰ ਛੱਡ ਕੇ ਆਲੂ ਦੀ ਖੇਤੀ ਕਰ ਰਿਹਾ ਜਿਸ ਵਿੱਚੋਂ ਦੱਸਿਆ ਜਾ ਰਿਹਾ ਕਿ ਚੌਕੀ ਕਮਾਈ ਵੀ ਕੀਤੀ ਜਾ ਰਹੀ ਆ ਸਾਡੇ ਨਾਲ ਕਿਸਾਨ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਪਹਿਲਾਂ ਲਿਵਿੰਗ ਇੰਡੀਆ ਦੇ ਸਰ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਰ ਕੀ ਨਾਮ ਆ ਨਰਿੰਦਰਪਾਲ ਜੀ ਨਰਿੰਦਰਪਾਲ ਜੀ ਜੇਕਰ ਗੱਲ ਕੀਤੀ ਜਾਵੇ ਜਿੱਥੇ ਕਿਸਾਨ ਰਵਾਇਤੀ ਫਸਲਾਂ ਦੇ ਚੱਕਰ ਦੇ ਵਿੱਚੋਂ ਨਹੀਂ ਨਿਕਲਦਾ ਭਾਵੇਂ ਸਰਕਾਰਾਂ ਭਾਵੇਂ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਫੋਕਾ ਵੀ ਦਿੱਤਾ ਜਾ ਰਿਹਾ ਕਿਉਂ ਕਰਕੇ ਆਪਾਂ ਸਾਰੇ ਜਾਣਦੇ ਕਿ ਪਾਣੀ ਦਾ ਪੱਧਰ ਨੀਚੇ ਹੁੰਦਾ ਜਾ ਰਿਹਾ ਤੁਸੀਂ ਆਲੂ ਦੀ ਖੇਤੀ ਕਰ ਰਹੇ ਹੋ ਕਿੰਨੇ ਚਿਰ ਤੋਂ ਕਰ ਰਹੇ ਹੋ ਅਤੇ ਕਿੰਨੇ ਕਿੱਲਿਆਂ ਦੇ ਵਿੱਚ ਬਾਈ ਜੀ ਆਪਾਂ 45 ਕਿੱਲਿਆਂ ਦੇ ਵਿੱਚ ਕਰ ਰਹੇ ਹਾਂ ਖੇਤੀ ਆਪਾਂ ਨੂੰ ਹੋ ਗਏ 5-6 ਸਾਲ ਖੇਤੀ ਕਰਦੇ ਨੂੰ ਅਸਲ ਦੇ ਵਿੱਚ ਇਹ ਹਰੇਕ ਲੋਕਾਂ ਦਾ ਹੱਕ ਬਣਦਾ ਵੀ ਆਪਾਂ ਜਿਹੜਾ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਵੀ ਆਪਾਂ ਰਵਾਇਤੀ ਫਸਲਾਂ ਤੋਂ ਸਾਈਡ 'ਤੇ ਹੋ ਕੇ ਆਲੂ ਵੱਲ ਮੱਕੀ ਵੱਲ ਹੋਈਏ ਤਾਂ ਜੋ ਪਾਣੀ ਦਾ ਫਸਲ ਜਿਹੜਾ ਪੱਧਰ ਨੀਚੇ ਜਾ ਰਿਹਾ ਉਹ ਇੰਨਾ ਨੀਚੇ ਨਾ ਜਾਵੇ ਜੇਕਰ ਬਾਈ ਜੀ ਗੱਲ ਕੀਤੀ ਜਾਵੇ ਕਿੰਨੇ ਸਾਲ ਹੋ ਗਏ ਇਸ ਆਲੂ ਦੀ ਫਸਲ ਖੇਤੀ ਕਰਦੇ ਹੋਏ ਬਾਈ ਜੀ ਸਾਨੂੰ 6 ਸਾਲ ਹੋ ਗਏ ਜੀ ਅਤੇ ਬਹੁਤ ਵਧੀਆ ਧੰਦਾ ਜਿਹੜਾ ਰਵਾਇਤੀ ਫਸਲਾਂ ਤੋਂ ਜੀਰੀ ਮੱਕੀ ਤੋਂ ਆਪਾਂ ਕਰਦੇ ਹਾਂ ਸੋ ਕੁੱਲ ਮਿਲਾ ਕੇ ਬਹੁਤ ਚੰਗੀ ਚੀਜ਼ ਆ ਜੀ ਹਰੇਕ ਬੰਦੇ ਨੂੰ ਕਰਨੀ ਚਾਹੀਦੀ ਆ ਜੇਕਰ ਗੱਲ ਕੀਤੀ ਜਾਵੇ ਮੰਡੀਕਰਨ ਨੂੰ ਲੈ ਕੇ ਕਿੰਨਾ ਕੁ ਸੁਖਾਲਾ ਕੁਛ ਔਕੜਾਂ ਵੀ ਆਉਂਦੀਆਂ ਨੇ ਨਹੀਂ ਮੰਡੀਕਰਨ ਨੂੰ ਲੈ ਕੇ ਦਿੱਕਤਾਂ ਬਹੁਤ ਆਉਂਦੀਆਂ ਜੀ ਇਹਦੇ ਵਿੱਚ ਇੱਕ ਤਾਂ ਵੇਚਣ ਦੇ ਵਿੱਚ ਦਿੱਕਤ ਆਉਂਦੀ ਆ ਕਈ ਵਾਰੀ ਇਹ ਵਪਾਰੀਆਂ 'ਤੇ ਡਿਪੈਂਡ ਕਰਦਾ ਵੀ ਕਿਵੇਂ ਖਰੀਦ ਕਰਦੇ ਆ ਕਿਵੇਂ ਨਹੀਂ ਕਰਦੇ ਹੈਗੇ ਕੁਛ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਹਰੇਕ ਪਿੰਡਾਂ ਦੇ ਵਿੱਚ ਕੋਲਡ ਸਟੋਰੇਜ ਦੀ ਜੇ ਆਪਸ਼ਨ ਹੋਵੇ ਕਿਸਾਨਾਂ ਕੋਲ ਤਾਂ ਬਹੁਤ ਈਜ਼ੀ ਰਹੂਗਾ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਜੇਕਰ ਤੁਸੀਂ ਮੰਡੀਕਰਨ ਦੀ ਗੱਲ ਕੀਤੀ ਹੈ ਕਿ ਔਕੜਾਂ ਆਉਂਦੀਆਂ ਨੇ ਕੀ ਲੱਗਦਾ ਜੇ ਮੰਡੀਕਰਨ ਸੁਧਰ ਜਾਵੇ ਤੁਸੀਂ ਆਲੂ ਬੀਜ ਰਹੇ ਹੋ ਭਰਾਈ ਵੀ ਹੋ ਰਹੀ ਹੈ ਕਿ ਅਧਿਕਾਰੀ ਇੱਥੋਂ ਗੱਟੇ ਲੈ ਕੇ ਜਾਣ ਕਿਤੇ ਨਾ ਕਿਤੇ ਕਿਸਾਨ ਨੂੰ ਬੜਾਵਾ ਨਹੀਂ ਮਿਲੇਗਾ ਬਿਲਕੁਲ ਜੀ ਬਿਲਕੁਲ ਇਹ ਤਾਂ ਸਰਕਾਰ ਨੂੰ ਚਾਹੀਦਾ ਸਰਕਾਰ ਇਹਦੇ ਵਿੱਚ ਕੁਛ ਨਾ ਕੁਛ ਆਪਦਾ ਹੱਥ ਬੁਲਾਵੇ ਕਿਸਾਨਾਂ ਦੇ ਨਾਲ ਤਾਂ ਜੋ ਨਾਲੇ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਸਕੇ ਨਾਲੇ ਜਿਹੜਾ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਉਹ ਕਿਤੇ ਨਾ ਕਿਤੇ ਰੁਕੂਗਾ ਜੀ ਜੇਕਰ ਗੱਲ ਕੀਤੀ ਜਾਵੇ ਕਿਉਂ ਕਰਕੇ ਆਪਾਂ ਸਾਰੇ ਹੀ ਬੜਾਵਾ ਦਿੰਦੇ ਹਾਂ ਰਵਾਇਤੀ ਫਸਲਾਂ ਚਾਹੇ ਉਹ ਕਣਕ ਆ ਚਾਹੇ ਜੀਰੀ ਆ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ 6 ਸਾਲ ਪਹਿਲਾਂ ਵੀ ਯਾਰ ਨਹੀਂ ਇਹ ਫਸਲਾਂ ਦੇ ਚੱਕਰ ਵਿੱਚੋਂ ਨਿਕਲੋ ਅਤੇ ਆਲੂ ਦੀ ਬਿਜਾਈ ਕੀਤੀ ਜਾਵੇ ਬਸ ਮੇਨ ਤਾਂ ਗੱਲ ਇਹੀ ਸੀ ਜੀ ਮਨ ਦੇ ਵਿੱਚ ਵੀ ਜਿਹੜਾ ਪਾਣੀ ਦਾ ਪੱਧਰ ਨੀਚੇ ਜਾ ਰਿਹਾ ਵੀ ਉਹਦਾ ਡਰ ਮਨ 'ਚ ਸਤਾਉਂਦਾ ਸੀ ਵੀ ਕੱਲ੍ਹ ਨੂੰ ਪੰਜਾਬ ਦੇ ਵਿੱਚ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਸੋ ਉਹਦੇ ਕਰਕੇ ਹੁਣ ਅਸੀਂ ਜੀਰੀ ਵੀ ਲਾਉਂਦੇ ਹਾਂ ਬਹੁਤ ਘੱਟ ਉਮਰ ਵਾਲੀ ਲਾਉਂਦੇ ਹਾਂ ਜਿਹੜੀ ਤਕਰੀਬਨ 90 ਕੁ ਦਿਨਾਂ 'ਚ 1500 ਨੌ ਆ ਜਾਂਦੀ ਆ ਦੂਜੀਆਂ ਜੀਰੀਆਂ ਜਿਹੜੀਆਂ ਦੂਜੀਆਂ ਫਸਲਾਂ ਉਹ 120 ਦਿਨ 125 ਦਿਨ ਲੈ ਜਾਂਦੀਆਂ ਸੋ ਮੇਨ ਤਾਂ ਇਹੀ ਸੀ ਮਨ ਦੇ ਵਿੱਚ ਵੀ ਪਾਣੀ ਦਾ ਪੱਧਰ ਜਿਹੜਾ ਨੀਚੇ ਜਾ ਰਿਹਾ ਉਹਨੂੰ ਕਿਵੇਂ ਨਾ ਕਿਵੇਂ ਆਪਾਂ ਰੋਕ ਸਕੀਏ ਜੇਕਰ ਗੱਲ ਕੀਤੀ ਜਾਵੇ ਨੌਜਵਾਨੋ ਕਿ ਕਦੇ ਐਂ ਨਹੀਂ ਹੋਇਆ ਯਾਰ ਵੀ ਛੱਡ ਇੱਥੋਂ ਬਾਹਰਲੇ ਦੇਸ਼ ਚੱਲਦੇ ਉੱਥੇ ਨਜ਼ਾਰੇ ਲੈਣੇ ਨਹੀਂ ਬਾਈ ਜੀ ਮੈਂ ਅਸਲ ਦੇ ਵਿੱਚ ਕੈਨੇਡਾ ਮੈਂ ਆਪ ਛੱਡ ਕੇ ਆਇਆ ਹੋਇਆ ਜੀ ਮੈਂ 3-4 ਸਾਲ ਲਾ ਕੇ ਆਇਆ ਸੀ ਵਰਕ ਪਰਮਿਟ 'ਤੇ ਸੀ ਮੈਂ ਅਤੇ ਬਸ ਉੱਥੇ ਜੀ ਨਹੀਂ ਲੱਗਿਆ ਜਾਂ ਫਿੱਟ ਨਹੀਂ ਬੈਠਿਆ ਵੀ ਆਪਾਂ ਗੋਰਿਆਂ ਥੱਲੇ ਕੰਮ ਕਰਦੇ ਇੱਥੇ ਆਪਾਂ ਆਪਦਾ ਆਪਾਂ ਕੰਮ ਕਰੀਏ ਆਪਾਂ ਹਾਂਜੀ ਇੱਥੇ ਸਰਦਾਰੀ ਇੱਥੇ ਆਪਾਂ ਆਪ ਕੰਮ ਕਰਦੇ ਹਾਂ ਲੇਬਰ ਤੋਂ ਕਰਾਉਂਦੇ ਹਾਂ ਉੱਥੇ ਆਪਾਂ ਕਿਸੇ ਦੇ ਨੀਚੇ ਲੱਗ ਕੇ ਕੰਮ ਕਰਨਾ ਜੀ ਅਤੇ ਨੌਜਵਾਨ ਨੂੰ ਜਿਸ ਤਰ੍ਹਾਂ ਤੁਸੀਂ ਆਖਿਆ ਵੀ 4 ਸਾਲ ਕੈਨੇਡਾ ਦੇ ਵਿੱਚ ਲਾਏ ਵਰਕ ਪਰਮਿਟ 'ਤੇ ਗਏ ਨਹੀਂ ਮਨਜ਼ੂਰ ਹੋਇਆ ਕਿ ਗੋਰਿਆਂ ਦੇ ਥੱਲੇ ਕੰਮ ਨਹੀਂ ਕਰਨਾ ਪਿੰਡ ਦੇ ਵਿੱਚ ਸਰਦਾਰੀ ਹੈ ਨੌਜਵਾਨੀ ਨੂੰ ਕੀ ਸੰਦੇਸ਼ ਨੌਜਵਾਨਾਂ ਨੂੰ ਤਾਂ ਇਹੀ ਬੇਨਤੀ ਹੈ ਜੀ ਸਾਰਿਆਂ ਨੂੰ ਵੀ ਜਿਹੜੇ ਬਾਹਰ ਆਪਦੇ ਇੱਥੋਂ ਸਰਦਾਰੀ ਛੱਡ ਛੱਡ ਬਾਹਰੇ ਜਾ ਰਹੇ ਆ ਵੀ ਇੱਥੇ ਕੰਮ ਕਰਨ ਆਪਣਾ ਇੱਥੇ ਚੰਗਾ ਪ੍ਰੋਫਿਟੇਬਲ ਬਿਜ਼ਨਸ ਹੋ ਸਕਦੇ ਆ ਜੇ ਮਿਹਨਤ ਕਰਨਗੇ ਇਹੀ ਕਹਿਣਾ ਜੇਕਰ ਗੱਲ ਕੀਤੀ ਜਾਵੇ 6 ਸਾਲਾਂ ਤੋਂ ਆਲੂ ਦੀ ਫਸਲ ਕਿਹੜੀਆਂ ਕਿਹੜੀਆਂ ਕਿਸਮਾਂ ਆਲੂ ਦੇ ਵਿੱਚ ਵੀ ਆਖਿਆ ਜਾਂਦਾ ਕਿ ਕਈ ਕਿਸਮਾਂ ਆਉਂਦੀਆਂ ਨੇ ਕਿਹੜੀ ਕਿਹੜੀ ਕਿਸਮ ਇਹ ਆਪਣੇ ਕੋਲ ਅਸੀਂ ਲਾਉਂਦੇ ਹਾਂ ਜੀ LR ਅਤੇ ਡਾਇਮੰਡ ਇਹ ਦੋ ਕਿਸਮਾਂ ਆਪਾਂ ਜ਼ਿਆਦਾ ਲਾਉਂਦੇ ਹਾਂ ਹਾਂਜੀ ਡਿਮਾਂਡ ਆ ਮਾਰਕੀਟ ਦੇ ਵਿੱਚ ਇਸ ਵਾਰ ਤਾਂ ਬੁਰਾ ਹਾਲ ਹੀ ਆ ਜੀ ਇਹ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ 2 ਸਾਲ ਚੰਗਾ ਰਹਿ ਜੇ 1 ਸਾਲ ਮਾੜਾ ਆ ਜੇ ਬਟ ਇਸ ਵਾਰੀ ਬਹੁਤ ਬੁਰਾ ਹਾਲ ਆਲੂ ਦਾ ਕੋਈ ਡਿਮਾਂਡ ਨਹੀਂ ਹੈਗੀ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਵੀ ਆਪਦਾ ਸਹਿਯੋਗ ਕਰਨ ਕਿਸਾਨਾਂ ਦੇ ਨਾਲ ਖੜੇ ਹੋਣ ਤੁਹਾਨੂੰ ਨਹੀਂ ਲੱਗਦਾ ਜਿਸ ਤਰ੍ਹਾਂ ਤੁਸੀਂ ਆਖਿਆ ਕਿ ਕਈ ਵਾਰ ਆਲੂ ਦੀ ਫਸਲ ਬੀਜੀ ਬਿਜਾਈ ਰਹਿੰਦੀ ਹੈ ਆਪਾਂ ਅਕਸਰ ਦੇਖਦੇ ਹਾਂ ਕਿਸਾਨ ਅੱਕ ਕੇ ਜਦੋਂ ਵਿਕਦਾ ਨਹੀਂ ਤਾਂ ਸੜਕਾਂ ਦੇ ਉੱਤੇ ਸਿੱਟਣ ਲਈ ਮਜਬੂਰ ਹੋ ਜਾਂਦਾ ਉਹਨੂੰ ਆ ਕਹਿੰਦੇ ਨੇ ਕਿ ਡੰਗਰ ਵੀ ਨਹੀਂ ਖਾਂਦੇ ਇੰਨਾ ਆਲੂ ਹੋ ਜਾਂਦਾ ਤਾਂ ਉਹਨੂੰ ਨਹੀਂ ਲੱਗਦਾ ਸਰਕਾਰਾਂ ਨੂੰ ਇਸ 'ਤੇ ਆਲੂ 'ਤੇ ਸਬਜ਼ੀਆਂ 'ਤੇ ਸਬਸਿਡੀ ਦੇ ਦੇਣੀ ਚਾਹੀਦੀ ਬਿਲਕੁਲ ਜੀ ਸਬਸਿਡੀ ਵੀ ਦੇਣੀ ਚਾਹੀਦੀ ਹੈ ਪਲੱਸ ਜੇ ਕੋਲਡ ਸਟੋਰੇਜ ਦੀ ਆਪਸ਼ਨ ਹੋਵੇ ਜੀ ਹਰੇਕ ਪਿੰਡ ਦੇ ਵਿੱਚ
ਜਿਹੜੇ ਕਿਸਾਨਾਂ ਦਾ ਆਲੂ ਜਾਂ ਕੋਈ ਸਬਜ਼ੀ ਨਹੀਂ ਵਿਕਦੀ ਉਹਨਾਂ ਕੋਲ ਘੱਟੋ ਘੱਟ ਆਪਸ਼ਨ ਹੋਵੇ ਕੋਲਡ ਸਟੋਰੇਜ ਕਰ ਲੈਣ ਉਹ ਜਾ ਕੇ, ਜੇ ਮਹੀਨੇ 2 ਮਹੀਨੇ ਬਾਅਦ ਜਦੋਂ ਵੀ ਸੇਲ ਕਰਨਾ ਹੋਵੇ ਉਦੋਂ ਸੇਲ ਹੋ ਸਕਦੀ ਉਹਨਾਂ ਦੀ। ਜੀ ਬਿਲਕੁਲ, ਤੁਸੀਂ ਕੋਲਡ ਸਟੋਰ ਦੀ ਗੱਲ ਕੀਤੀ ਹੈ। ਕੋਲਡ ਸਟੋਰ ਦੀ ਜੇਕਰ ਕੋਲਡ ਸਟੋਰ ਸਰਕਾਰ ਜਾਂ ਫਿਰ ਪਿੰਡ ਪੱਧਰ 'ਤੇ ਨਹੀਂ ਬਣਾਇਆ ਜਾ ਸਕਦਾ, ਇਹਦੇ ਵਿੱਚ ਸਭ ਤੋਂ ਵੱਡਾ ਤਾਂ ਸਰਕਾਰ ਹੀ ਕਰ ਸਕਦੀ ਹੈ ਜੀ। ਪਹਿਲਾਂ ਪਿੰਡ ਲੈਵਲ 'ਤੇ ਤਾਂ ਸਿਰਫ ਸਹਿਯੋਗ ਕਰ ਸਕਦੇ ਆ, ਸਰਪੰਚ ਹੋਣ, ਪੰਚ ਹੋਣ, ਮੈਂਬਰ ਸਾਹਿਬਾਨ ਹੋਣ, ਜੇ ਸਰਕਾਰ ਕੁਛ ਨਾ ਕੁਛ ਕਰੂਗੀ ਫਿਰ ਹੀ ਸਰਪੰਚ ਪੰਚ ਕਰ ਸਕਦੇ ਨਾਲ। ਵੀਰ ਜੇਕਰ ਸਰਕਾਰ ਦੀ ਗੱਲ ਕੀਤੀ ਹੈ, MSP ਦੀ ਗੱਲ ਚੱਲ ਰਹੀ ਸੀ, ਸਰਕਾਰ ਕਹਿੰਦੀ ਸੀ ਮੂੰਗੀ 'ਤੇ ਜਾਂ ਫਿਰ ਸਬਜ਼ੀਆਂ ਦੇ ਉੱਤੇ MSP ਦੇਵਾਂਗੇ, ਕੀ ਲੱਗਦਾ? ਉਹ ਵੀ ਫੇਲ ਹੀ ਹੋਇਆ ਜੀ ਇਸ ਵਾਰ। ਮਾਨ ਸਾਹਿਬ ਕਹਿੰਦੇ ਸੀ ਵੀ ਆਪਾਂ MSP ਦੇਵਾਂਗੇ ਮੂੰਗੀ 'ਤੇ, ਉਹ ਆਪਾਂ ਨੂੰ ਪਤਾ ਹੀ ਹੈ ਵੀ ਕਿੰਨਾ ਬੁਰਾ ਹਾਲ ਹੋਇਆ ਇਸ ਵਾਰ। ਮੂੰਗੀ ਦਾ ਜੋ MSP ਸੀ ਉਹ ਤੋਂ ਵੀ 600-700 ਡਾਊਨ ਵਿਕੀ ਆ ਜੀ। ਜੇਕਰ ਆਲੂ ਦੇ ਉੱਤੇ MSP ਦੇ ਦਿੰਦੀ ਹੈ ਸਰਕਾਰ, ਤਾਂ ਕੀ ਲੱਗਦਾ ਕਿਸਾਨ ਆਲੂ ਵੱਲ ਭੱਜਿਆ ਆਊਗਾ ਆਲੂ ਦੀ ਫਸਲ? ਬਿਲਕੁਲ ਜੀ ਬਿਲਕੁਲ, ਪ੍ਰੇਰਿਤ ਹੋਣਗੇ ਕਿਸਾਨ। ਜਦੋਂ ਪਤਾ ਵੀ ਆਪਣਾ ਮੁੱਲ ਆਪਾਂ ਨੂੰ ਇੰਨਾ ਮਿਲ ਹੀ ਜਾਣਾ, ਫਿਰ ਕਿਉਂ ਨਹੀਂ ਜਾਣਗੇ? ਹੁਣ ਤਾਂ ਹੁਣ ਪਤਾ ਨਹੀਂ ਨਾ ਆਪਾਂ ਨੂੰ ਵੀ ਕੀ ਮੁੱਲ ਲੱਗਣਾ ਨਹੀਂ ਲੱਗਣਾ, ਤਾਂ ਕਰਕੇ ਲੋਕ ਡਰਦੇ ਆ ਜੀ ਇਹ ਫਸਲ ਤੋਂ, ਤਾਂ ਹੀ ਜੀਰੀਆਂ ਕਣਕਾਂ ਦਾ ਖਹਿੜਾ ਨਹੀਂ ਛੱਡ ਰਹੇ। ਬਿਲਕੁਲ ਵੀਰ, ਤੁਸੀਂ ਗੱਲ ਕੀਤੀ ਹੈ ਜੀਰੀ ਕਣਕ ਦੀ ਖਹਿੜਾ ਨਹੀਂ ਛੱਡ ਰਹੇ, ਕਿਉਂ ਕਰਕੇ ਪੰਜਾਬ ਦੀ ਤਰਾਸਦੀ ਵੀ ਆ ਕਿਤੇ ਨਾ ਕਿਤੇ। ਭਾਵੇਂ ਸਰਕਾਰਾਂ ਨੇ ਆਪਣੇ ਮੁਨਾਫੇ ਦੇ ਲਈ ਜਦੋਂ ਜ਼ਰੂਰਤ ਸੀ ਸਰਕਾਰਾਂ ਨੂੰ, ਉਸ ਵੇਲੇ ਕਿਸਾਨਾਂ ਨੂੰ ਜੀਰੀ ਲਾਉਣ ਨੂੰ ਆਖਿਆ ਗਿਆ, ਮੁਹੱਈਆ ਵੀ ਕਰਾਈ ਗਈ, ਪਰ ਹੁਣ ਉਹੀ ਸਰਕਾਰ ਕਹਿ ਰਹੀ ਹੈ ਕਿ ਪਾਣੀ ਦਾ ਲੇਵਲ ਨੀਚੇ ਜਾ ਰਿਹਾ ਲਗਾਤਾਰ। ਆਪਾਂ ਵੀ ਦੇਖਦੇ ਹਾਂ ਕਿ ਆਉਣ ਵਾਲੇ ਕੁਛ ਸਾਲਾਂ ਦਾ ਪਾਣੀ ਬਚਿਆ ਪੰਜਾਬ ਦੇ ਵਿੱਚ। ਉਹੀ ਗੱਲ ਆ ਜੀ, ਜਦੋਂ ਗ੍ਰੀਨ ਰੈਵੋਲਿਊਸ਼ਨ ਦਾ ਟਾਈਮ ਸੀ ਉਹ ਤਾਂ ਪੰਜਾਬ ਯਾਦ ਆਉਂਦਾ ਸੀ, ਹੁਣ ਸਰਕਾਰਾਂ ਦਾ ਅੰਨ ਪੂਰਾ ਹੋ ਰਿਹਾ, ਉਹਨਾਂ ਨੂੰ ਪੰਜਾਬ ਹਰਿਆਣਾ ਯਾਦ ਹੀ ਨਹੀਂ ਆ ਰਿਹਾ, ਸੋ ਇਹ ਤਾਂ ਸਰਕਾਰਾਂ ਦਾ ਧਿਆਨ ਬਣਦਾ ਜੀ ਬੇਸਿਕਲੀ। ਜੇਕਰ ਗੱਲ ਕੀਤੀ ਜਾਵੇ ਆਲੂ ਦੀ ਫਸਲ ਦੇ ਨਾਲ ਨਾਲ ਹੋਰ ਕਿਹੜੀ ਫਸਲ ਤੁਸੀਂ ਇਸ ਸਮੇਂ ਬੀਜ ਰਹੇ? ਅਸੀਂ ਜੀ ਆਲੂ ਤੋਂ ਬਾਅਦ ਮੱਕੀ ਅਤੇ ਸੂਰਜਮੁਖੀ, ਇਹ ਦੋ ਫਸਲਾਂ ਹੈ ਜਿਹੜੀ ਅਸੀਂ ਲਾ ਰਹੇ। ਗੱਲ ਕੀਤੀ ਜਾਵੇ ਸੂਰਜਮੁਖੀ ਜਾਂ ਮੱਕੀ ਦੀ ਗੱਲ ਕੀਤੀ ਜਾਵੇ, ਉਸ ਦੇ ਵਿੱਚ ਕਿੰਨਾ ਕੁ ਮੁਨਾਫਾ, ਕਿੰਨੀ ਕੁ ਲਾਗਤ, ਕਿੰਨੀ ਕੁ ਪਾਣੀ ਦੀ ਜੇਕਰ ਗੱਲ ਕੀਤੀ ਜਾਵੇ ਖਪਤ ਹੁੰਦੀ? ਪਾਣੀ ਦਾ ਪੱਧਰ ਤਾਂ, ਪਾਣੀ ਦੀ ਖਪਤ ਘੱਟਦੀ ਆ ਜੀ ਆਮ ਫਸਲ ਨਾਲੋਂ, ਬਹੁਤ ਫਰਕ ਪੈਂਦਾ ਆ, ਬਟ ਫਿਰ ਵੀ ਇੱਦਾਂ ਹੈ ਜਿਹੜਾ ਆਪਾਂ ਜੀਰੀ ਦਾ ਪਾਣੀ 1 ਮਹੀਨਾ ਬਚਾ ਲੈਂਦੇ ਹਾਂ, ਉਹ ਕਿਤੇ ਨਾ ਕਿਤੇ ਬਹੁਤ ਫਰਕ ਪੈਂਦਾ ਇਹ ਚੀਜ਼ ਨਾਲ ਜੀ। ਮੱਕੀ ਦੀ ਗੱਲ ਕੀਤੀ ਹੈ, ਸੂਰਜਮੁਖੀ ਦੀ ਗੱਲ ਕੀਤੀ ਹੈ, ਇਸਦੇ ਵੀ ਵਿੱਚ ਵੀ ਮੰਡੀ ਕਰਨ ਦੀ ਕੋਈ ਸਮੱਸਿਆ ਆਉਂਦੀ ਹੈ? ਨਹੀਂ, ਸਮੱਸਿਆ ਤਾਂ ਦੇਖੋ ਇਹ 'ਚ ਹੈਗੀ ਆ ਜੀ, ਕਿਉਂਕਿ MSP ਨਹੀਂ ਹੈਗੀ, ਇਹ ਤਾਂ ਘੱਟੋ ਘੱਟ ਸਟੇਟ ਗੌਰਮੈਂਟ ਨੂੰ ਚਾਹੀਦਾ ਵੀ ਉਹ ਇਹੋ ਜਿਹੀਆਂ ਚੀਜ਼ਾਂ 'ਤੇ ਕੇਂਦਰ ਸਰਕਾਰ ਨਾਲ ਸਹਿਯੋਗ ਕਰਕੇ MSP 'ਤੇ ਘੱਟੋ ਘੱਟ ਕੁਛ ਨਾ ਕੁਛ ਕਰ ਸਕਣ। ਬਿਲਕੁਲ, ਇਹ ਸੀ ਕਿਸਾਨ ਜਿਨ੍ਹਾਂ ਨੇ ਆਖਿਆ ਕਿ ਰਵਾਇਤੀ ਫਸਲਾਂ ਨੂੰ ਛੱਡ ਕੇ, ਉੱਥੇ ਇਹਨਾਂ ਨੇ ਆਖਿਆ ਕਿ 4 ਸਾਲ ਨੌਜਵਾਨ ਪੜ੍ਹਿਆ ਲਿਖਿਆ ਅਗਾਂਹ ਵਧੂ ਸੋਚ ਆ ਕਿਤੇ ਨਾ ਕਿਤੇ, ਇਹਨਾਂ ਨੇ ਆਖਿਆ ਕਿ ਮੈਂ ਕੈਨੇਡਾ ਦਾ, ਮੇਰੇ ਕੋਲ ਵਰਕ ਪਰਮਿਟ ਸੀ, 4 ਸਾਲ ਕੈਨੇਡਾ ਦੇ ਵਿੱਚ ਰਹੇ, ਪਰ ਨਹੀਂ ਮਨਜ਼ੂਰ ਹੋਇਆ ਕਿ ਗੋਰਿਆਂ ਦੀ ਗੁਲਾਮੀ ਨਹੀਂ ਕਰਨੀ, ਆਪਣੇ ਦੇਸ਼ ਆਪਣੇ ਪੰਜਾਬ ਦੇ ਵਿੱਚ ਆਪ ਖੇਤੀ ਕਰਨੀ ਆ। ਭਾਵੇਂ ਸਰਕਾਰਾਂ ਦੇ ਵੱਲੋਂ ਰਵਾਇਤੀ ਫਸਲਾਂ ਨੂੰ ਛੱਡ ਕੇ ਹੋਰ ਲਾਹੇਵੰਦ ਧੰਦਾ ਅਪਣਾਉਣ ਦੀ ਗੱਲ ਕੀਤੀ ਜਾ ਰਹੀ ਆ, ਪਰ ਉੱਥੇ ਹੀ ਕਿਸਾਨ ਨੇ ਆਖਿਆ ਕਿ ਜਿੱਥੇ ਆਲੂ ਦੀ ਬੀਜ 45 ਕਿੱਲਾਂ ਦੇ ਵਿੱਚ ਕਰ ਰਹੇ ਨੇ, ਚੌਖੀ ਕਮਾਈ ਵੀ ਕੀਤੀ ਜਾ ਰਹੀ ਆ ਅਤੇ ਨਾਲ ਨਾਲ ਸੂਰਜਮੁਖੀ ਅਤੇ ਮੱਕੀ ਦੀ ਫਸਲ ਵੀ ਕੀਤੀ ਜਾ ਰਹੀ ਆ। ਇਹ ਸੀ ਨਰਿੰਦਰ, ਜੋ ਕਿਸਾਨ 45 ਕਿੱਲਿਆਂ ਦੇ ਵਿੱਚ ਆਲੂ ਦੀ ਫਸਲ ਦੀ ਚੌਖੀ ਕਮਾਈ ਕਰ ਰਿਹਾ। ਉੱਥੇ ਹੀ ਇਕਬਾਲ ਸਿੰਘ ਫੱਗੂਵਾਲਾ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਫੱਗੂਵਾਲ ਸਾਹਿਬ, ਜਿੱਥੇ ਨਰਿੰਦਰ ਚੌਖੀ ਕਮਾਈ ਕਰ ਰਿਹਾ ਆਲੂਆਂ ਦੇ ਵਿੱਚੋਂ, ਅਤੇ ਤੁਸੀਂ ਕੀ ਕਹਿਣਾ ਚਾਹੋਗੇ? ਕਮਾਈ ਤਾਂ ਬਹੁਤ ਵਧੀਆ ਜੀ, ਫਸਲਾਂ ਰਵੇਤੀ ਤੋਂ ਖਹਿੜਾ ਵੀ ਛੁੱਟਦਾ ਅਤੇ ਜਿਹੜਾ ਪਾਣੀ ਦਾ ਪੱਧਰ ਆ ਉਹਦੇ ਵੀ ਬਚਾਇਆ ਜਾ ਸਕਦਾ, ਪਰ ਇਹਦੇ ਵੱਲ ਸਰਕਾਰਾਂ ਧਿਆਨ ਦੇਣ। ਇਸ ਵਾਰ ਇਹ ਮੇਰਾ ਭਤੀਜਾ ਆਲੂ ਦੀ ਖੇਤੀ ਕਰ ਰਿਹਾ 45-46 ਕਿੱਲਿਆਂ ਦੀ, ਹੁਣ ਆਲੂ ਪੱਟ ਕੇ ਮੱਕੀ ਬੀਜੂਗਾ, ਸੂਰਜਮੁਖੀ ਬੀਜੂਗਾ, ਪਰ ਪਾਣੀ ਦੀ ਲਾਗਤ ਘੱਟ ਜਾਂਦੀ ਆ। ਪਰ ਸਰਕਾਰ ਕਿਤੇ ਨਾ ਕਿਤੇ ਜਿਹੜੇ ਅਗਾਂਹ ਵਧੂ ਕਿਸਾਨ ਨੇ ਉਹਨਾਂ ਵੱਲ ਧਿਆਨ ਬਿਲਕੁਲ ਨਹੀਂ ਦਿੰਦੀ। ਜੇ ਸਰਕਾਰ ਧਿਆਨ ਦੇਵੇ ਉਹਨਾਂ ਲੋਕਾਂ ਨੂੰ ਵੱਲ ਧਿਆਨ ਦੇਵੇ ਜਿਹੜੇ ਫਸਲੀ ਰਵੇਤੀ ਫਸਲੀ ਨੇ ਚੱਕਰ ਨੇ ਉਹਨਾਂ ਤੋਂ ਨਿਕਲਿਆ ਜਾ ਸਕੇ, ਜੇ ਸਰਕਾਰ ਧਿਆਨ ਦੇਊਗੀ ਤਾਂ ਹੀ ਰਵੇਤੀ ਫਸਲਾਂ ਤੋਂ ਨਿਕਲਿਆ ਜਾਊਗਾ। ਇਕਬਾਲ ਜੀ, ਜੇਕਰ ਭਤੀਜੇ ਦੀ ਗੱਲ ਚੱਲੀ ਆ ਵੀ ਭਤੀਜਾ ਆਲੂਆਂ ਦੀ ਖੇਤੀ ਕਰ ਰਿਹਾ, ਚੌਖੀ ਕਮਾਈ ਵੀ ਕਮਾ ਰਿਹਾ, ਤੁਸੀਂ ਕਹਿ ਰਹੇ ਹੋ ਕਿ ਸਰਕਾਰ ਧਿਆਨ ਨਹੀਂ ਦਿੰਦੀ, ਕੀ ਕੀ ਲੋੜ ਆ, ਕਿੱਥੇ ਘਾਟ ਮਹਿਸੂਸ ਹੁੰਦੀ ਆ? ਘਾਟ ਮੰਡੀਕਰਨ ਦੀ ਮਹਿਸੂਸ ਹੁੰਦੀ ਆ। ਇਸ ਵਾਰ ਆਲੂ ਦੀ ਲਾਗਤ ਬਹੁਤ ਵਧੀਆ ਬਿਜਾਈ, ਸਾਡਾ ਨਗਰ ਜਿਹੜਾ ਅਸੀਂ ਸਾਡੇ ਪਿੰਡ 'ਚ ਬਿਜਾਈ ਹੁੰਦੀ ਸੀ ਪਹਿਲਾਂ ਆਲੂ ਦੀ ਨਾ ਮਾਤਰੇ ਹੁੰਦੀ ਸੀ, ਕੀ ਕਹਿਣਾ ਕੋਈ ਖਾਣ ਯੋਗੇ ਆਲੂ ਬੀਜ ਲੈਂਦੇ, ਹੁਣ
ਘੱਟੋ ਘੱਟ 100 ਏਕੜ ਤੋਂ ਉੱਤੇ ਦੀ ਖੇਤੀ ਸਾਡੇ ਪਿੰਡ ਦੀ ਹੁੰਦੀ ਆ, ਪਰ ਕਿਸਾਨ ਕਿਤੇ ਨਾ ਕਿਤੇ ਰੁੜ ਰਹੇ ਸਾਡੇ ਉਰੇ। ਆਲੂ ਦਾ ਵਪਾਰੀ ਇਹ ਬਹੁਤ ਘੱਟ ਆਉਂਦਾ, ਆਲੂ ਦਾ ਵਪਾਰੀ ਆਵੇ ਸਰਕਾਰ ਖਰੀਦੇ, ਜੇ ਸਰਕਾਰ ਖਰੀਦੂਗੀ ਸਰਕਾਰ ਇਹਦੇ ਸਬਸਿਡੀਆਂ ਦੇਵੇ, ਕੋਲਡ ਸਟੋਰ ਖੋਲ੍ਹੇ, ਤਾਂ ਹੀ ਜਾ ਕੇ ਕਿਤੇ ਨਾ ਕਿਤੇ ਕਿਸਾਨ ਦਾ ਭਲਾ ਹੋਊ, ਰਵੇਤੀ ਫਸਲਾਂ ਤੋਂ ਤਾਂ ਹੀ ਬਚਿਆ ਜਾਊ, ਪਾਣੀ ਦਾ ਪੱਧਰ ਨੂੰ ਤਾਂ ਹੀ ਬਚਾ ਸਕਦੇ। ਜੀ ਸਰਕਾਰ ਲਗਾਤਾਰ ਕਹਿ ਰਹੀ ਆ, ਚਾਹੇ ਉਹ ਖੇਤੀਬਾੜੀ ਵਿਭਾਗ ਆ ਕਿ ਪਾਣੀ ਦਾ ਪੱਧਰ ਨੀਚੇ ਜਾ ਰਿਹਾ, 5-7 ਸਾਲਾਂ ਦਾ ਪਾਣੀ ਰਹਿ ਗਿਆ ਆਪਣੇ ਕੋਲ, ਫਿਰ ਕਿਉਂ ਕਿਸਾਨ ਨਹੀਂ ਸਮਝ ਰਿਹਾ? ਕਿਸਾਨ ਤਾਂ ਸਮਝਦੇ ਨੇ ਜੀ, ਕਿਉਂਕਿ ਜਿਹੜੀਆਂ ਰਵੇਤੀ ਫਸਲਾਂ ਕਣਕ ਅਤੇ ਜੀਰੀ, ਉਹਨਾਂ ਦਾ ਪਤਾ ਵੀ 70,000 ਦੀ ਜੀਰੀ ਹੋਜੂਗੀ, 40-45-50 ਹਜ਼ਾਰ ਦੀ ਕਣਕ ਹੋਜੂਗੀ। ਜਿਹੜੀ ਇਹ ਕੱਚੀਆਂ ਫਸਲਾਂ ਕਹਾਂਗੇ ਇਹਨੂੰ ਆਪਾਂ, ਇਹ ਕੱਚੀਆਂ ਫਸਲਾਂ ਨੇ, ਇਹਦਾ ਮੁੱਲ ਇਹ ਨਹੀਂ ਪਤਾ ਅੱਜ ਸੋਨਾ ਕੱਲ ਨੂੰ ਮਿੱਟੀ ਹੋ ਜੀ। ਕਈ ਵਾਰੀ ਕੋਲਡ ਸਟੋਰਾਂ ਦਾ ਕਿਰਾਇਆ ਵੀ ਕਿਸਾਨਾਂ ਤੋਂ ਨਹੀਂ ਦਿੱਤਾ ਜਾਂਦਾ, ਆਲੂਆਂ ਦਾ ਹਾਰ ਕੇ ਕੋਲਡ ਸਟੋਰ ਵਾਲੇ ਆਪਦੇ ਪੈਸੇ ਲਾ ਕੇ ਆਲੂ ਬਾਹਰ ਸੁੱਟਣ ਲਈ ਮਜਬੂਰ ਹੋ ਜਾਂਦੇ ਨੇ। ਜੇ ਸਰਕਾਰ ਇਹਦੇ ਧਿਆਨ ਦੇਵੇ, ਸਬਸਿਡੀ ਦੇਵੇ, ਕੋਲਡ ਸਟੋਰ ਲਾਵੇ, ਜਿਵੇਂ ਪਿੰਡਾਂ ਦੇ ਵਿੱਚ 90 ਪੈਸੇ ਸਰਕਾਰ ਪਾਏ, 10 ਪੈਸੇ ਪੰਚਾਇਤਾਂ ਤੋਂ ਪਵਾ ਲਿਆ ਜਾਣ, ਜਿਹੜੇ ਪੰਚਾਇਤਾਂ ਦੇ ਆਮਦਨ ਉੱਥੇ ਵੱਡੇ ਕੋਲਡ ਸਟੋਰ ਖੋਲ੍ਹੇ ਜਾਣ, ਤਾਂ ਕਿ ਜਿਹੜਾ ਇਹ ਆਲੂ ਦੀ ਸਾਂਭ ਸੰਭਾਲ ਆ, ਜਿਵੇਂ ਮੰਨ ਲਓ ਅੱਜ ਰੇਟ ਇਹਦਾ 1 ਰੁਪਿਆ ਵੀ ਨਹੀਂ, ਪਰ ਐਂ ਨਹੀਂ ਪਤਾ ਅੱਜ ਤੋਂ 15 ਦਿਨਾਂ ਨੂੰ ਜਦੋਂ ਆਲੂ ਬਰਬਾਦ ਹੋ ਜੂਗਾ ਉਦੋਂ ਇਹਦੀ ਕੀਮਤ 25 ਰੁਪਏ ਕਿਲੋ ਹੋ ਜੇ। ਜੇ ਉਹ ਕਿਸਾਨ ਨੂੰ ਸਾਂਭਣ ਵਾਸਤੇ ਕੋਲਡ ਸਟੋਰ ਦਾ ਮੁਹੱਈਆ ਕਰਵਾਵੇ ਸਰਕਾਰ, ਸਬਸਿਡੀਆਂ ਦੇਵੇ, ਕੋਲਡ ਸਟੋਰ ਖੋਲ੍ਹੇ ਜਾਣ, ਇਹ ਕਿਸਾਨ ਆਪਦਾ ਚੀਜ਼ ਉੱਥੇ ਕੋਲਡ ਸਟੋਰ 'ਚ ਲਾ ਕੇ ਸਾਂਭ ਲੈਣ, ਜਦੋਂ ਰੇਟ ਵਧੂ ਉਦੋਂ ਵੇਚ ਦੇਣ। ਇਹ ਸਰਕਾਰ ਨੂੰ ਇਹ ਗੱਲਾਂ ਵੱਲ ਧਿਆਨ ਦੇ ਕੇ, ਸਬਸਿਡੀਆਂ ਵੱਲ ਧਿਆਨ ਦੇ ਕੇ ਇਹਨਾਂ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਆ, ਜਿਹੜੇ ਰਵਾਇਤੀ ਫਸਲਾਂ 'ਚੋਂ ਨਿਕਲੇ ਨੇ, ਨਾ ਕਿ ਉਹੀ ਰਾਹ ਪਰ ਲਾਈ ਜਾਵੇ ਵੀ ਇਹ ਪਾਣੀ ਨਹੀਂ ਬਾ ਜਾ ਰਿਹਾ ਜੀ, ਹੋਰ ਕਰੂਗਾ ਕੀ ਕਿਸਾਨ, ਉਹ ਆਪਦੀ ਬੰਜਰ ਜ਼ਮੀਨ ਦਾ ਛੱਡ ਨਹੀਂ ਸਕਦਾ। ਜੇ ਸਰਕਾਰ ਧਿਆਨ ਦੇਊਗੀ ਇਹਨਾਂ ਫਸਲਾਂ ਵੱਲ, ਕੱਚੀਆਂ ਫਸਲਾਂ ਨੇ, ਇਹ ਥੋੜ੍ਹੇ ਦਿਨਾਂ ਦੀ ਖੇਤੀ ਆ, ਜੇ ਇਹਨੂੰ ਸਾਂਭੀ ਜਾਵੇ ਤਾਂ ਇਹ 1 ਸਾਲ ਵਾਸਤੇ ਵੀ ਰਹਿ ਜੂ, ਜੇ ਨਹੀਂ ਸਾਂਭੂਗੀ, ਕਿਸੇ ਕੋਲ ਕੋਈ ਸਾਧਨ ਹੀ ਨਹੀਂ ਹੈਗਾ, ਫਿਰ ਉਹ ਕਰੂਗਾ ਵੀ ਕੀ ਇਹ ਫਸਲ ਦਾ। ਇਹ ਤਾਂ ਇੱਕ ਟਾਈਮ ਇਹੋ ਜਿਹਾ ਵੀ ਆ ਜਾਂਦਾ, ਡੰਗਰ ਵੀ ਖਾਣੋਂ ਇਹਨੂੰ ਨਾ ਕਰ ਦਿੰਦੇ ਨੇ। ਹਾਂ, ਜੇ ਸਰਕਾਰ ਧਿਆਨ ਦੇਊਗੀ ਤਾਂ ਹੀ ਗੱਲ ਬਣੂਗੀ। ਬਿਲਕੁਲ, ਇਹ ਸੀ ਇਕਬਾਲ ਸਿੰਘ ਅਤੇ ਨਰਿੰਦਰ ਸਿੰਘ, ਜਿਨ੍ਹਾਂ ਨੇ ਆਖਿਆ ਕਿ ਭਾਵੇਂ ਅਸੀਂ ਰਵਾਇਤੀ ਫਸਲਾਂ ਛੱਡ ਕੇ ਆਲੂਆਂ ਦੀ ਜੋ ਖੇਤੀ ਕਰ ਰਹੇ ਹਾਂ, ਪਰ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਚਾਹੀਦਾ ਕਿ ਜੋ ਕਿਸਾਨ ਰਵਾਇਤੀ ਫਸਲਾਂ ਛੱਡ ਕੇ ਲਾਹੇਵੰਦ ਧੰਦਾ ਅਪਣਾ ਰਹੇ ਨੇ, ਉਸਨੂੰ ਅੱਗੇ ਅਗਾਂਹ ਵਧੂ ਕਿਸਾਨ ਵਜੋਂ ਜੋ ਮੰਡੀਕਰਨ ਦੀ ਗੱਲ ਕੀਤੀ ਗਈ ਆ, ਮੰਡੀਕਰਨ ਦੇ ਵਿੱਚ ਖਾਸ ਕਰ ਕਿਸਾਨਾਂ ਨੂੰ ਅਜਿਹੀਆਂ ਫਸਲਾਂ ਲੈ ਕੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਉੱਥੇ ਹੀ ਨਰਿੰਦਰ ਸਿੰਘ ਕਿਸਾਨ ਅਤੇ ਇਕਬਾਲ ਸਿੰਘ ਨੇ ਆਖਿਆ ਕਿ ਪਿੰਡਾਂ ਦੇ ਵਿੱਚ ਜੇਕਰ ਸਰਕਾਰ ਕੋਲਡ ਸਟੋਰ ਖੋਲ੍ਹ ਦੇਵੇ ਤਾਂ ਜੋ ਆਲੂਆਂ ਦੀ ਫਸਲ ਦੀ ਖੇਤੀ ਕਰਦੇ ਨੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਲਾਹੇਵੰਦ ਹੋਵੇਗਾ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ, ਲਿਵ ਇੰਡੀਆ, ਸੰਗਰੂਰ।